जी नाज़रीन, आज फिर एक मसीह के साथ जुल्म व सितम हुआ। बासर लोगों ने इसकी पटाई की और ज्यादती की, उसी से जानेंगे। जी नाब की नाम है ताडा? मेरा सर विकास है, तो मैं अक्सर तो पंजगई से रहने वाला हूँ। ठीक है, तो मेरे चौधरी ने ना मेरे घर जाके वो छुट्टी मंगी, घर जाके मैंने मारिया कुटिया, मेरे प्यो ने कुटिया। तो हवेली में आया काम कर लगा हाँ, तो ये भतीजे ने आया पहले मैंने पापा ने कुटिया, तो फिर मेरे गोली मारी लत्त च पट के बच्चे। फिर आंदा तेन अद्धा घंटा मैं उत्थे पिया रहा, कहिंदा तेन कौन चुक के खड़ेगा। अच्छा, ये ਤੁਹਾਨੂੰ ਮਹੀਨੇ ਚ ਕੋਈ ਛੁੱਟੀ ਦਿੰਦੇ ਜਾਂ ਨਹੀਂ ਦਿੰਦੇ? ਨਹੀਂ ਦਿੰਦੇ ਸਾਰੇ, ਮੈਨੂੰ ਵਿਆਹ ਵੀ ਤੇ ਕਿਤੇ ਨਹੀਂ ਜਾਂਦੇ। ਅੱਛਾ, ਇਸ ਤੋਂ ਸਾਬਤ ਹੁੰਦਾ ਕਿ ਜੇ ਤੁਹਾਡੇ ਕੋਲ ਜਬਰੀ ਕੰਮ ਲੈਂਦੇ, ਮੁਸ਼ਕਤ ਲੈਂਦੇ ਆ, ਤੇ ਤੁਹਾਨੂੰ ਤਨਖਾਹ ਦਿੰਦੇ ਆ ਜਾਂ ਨਹੀਂ ਦਿੰਦੇ? ਤੇ ਇਹਨਾਂ ਤੁਹਾਡੇ ਤੇ ਜ਼ੁਲਮ ਕਰਦੇ? ਹਾਂਜੀ ਜੀ, ਮੈਂ ਤਾਂ ਬਹੁਤ ਜ਼ੁਲਮ ਕਰਦੇ ਆ। ਤੇ ਹਕੂਮਤ ਦੇ ਵਕਤ ਨੂੰ ਕੀ ਕਹਿਣਾ ਚਾਹੁੰਦੇ ਹੋ? ਮੇਰਾ ਬਸ ਇਹ ਹੈ ਕਿ ਮੇਰੇ ਨਾਲ ਇਨਸਾਫ ਚਾਹੀਦਾ ਵਾ। ਮੌਜੂਦਾ ਹਕੂਮਤ ਕੋਲ ਇਨਸਾਫ ਮੰਗਦੇ ਹੋ? ਹਾਂਜੀ। ਤੇ ਹੁਣ ਤੁਸੀਂ, ਤੁਹਾਡੀ ਹੁਣ ਤਬੀਅਤ ਠੀਕ ਹੈ? ਨਹੀਂ ਜੀ, ਮੇਰੀ ਲੱਤ ਨਹੀਂ ਹਿਲਦੀ ਪਈ। ਲੱਤ ਹੀ ਨਹੀਂ ਹਿਲਦੀ ਪਈ? जी नाजरीन, ये आदमी बता रहा है कि जिस टांग पर फायर मारा गया वो अब काम नहीं कर रहा, लिहाजा गवर्नमेंट से अपील है इन बासर लोगों को कानून के दायरे में लाया जाए। जुल्म सितम ताडे नाल किन्नी देर तो हो रहा, तो किदा हो रहा? दो साल तो। अच्छा, जिहड़ा चौधरी ने आया ताडे घर बदतमीजी, ताडी चादर और चार दीवारी का ख्याल नहीं रखिया, ये जबरदस्ती ताडे घर आ गया कि ताडे को जस लई सी? भतीजे किन्ने सी? चार। की ना आया? तुहानू फायर किन्ने मारिया? मैनू मारिया बस सारे लखमान ने। जी विकास साहब, तुहानू होर उन्होंने ਕਿਹੜਾ ਕਿਹੜਾ ਤਸ਼ੱਦਦ ਦਿੱਤਾ? ਸਰ ਜਿਹੜੇ ਆ ਪਹਿਲੋਂ ਉਹਨਾਂ ਨੇ ਪੈਪ ਮਾਰੇ ਆ, ਆ ਵੇਖੋ ਪਰੇਸ਼ਾਨ ਤੋੜੀ, ਬਾਅਦ 'ਚ ਮੈਂ ਪਾਣੀ ਲਾ ਕੇ ਆਇਆ, ਜਦੋਂ ਰੋਟੀ ਮੰਗੀ ਉਹਨੇ ਰੋਟੀ ਨਹੀਂ ਦਿੱਤੀ, ਮੈਨੂੰ ਆਉਂਦਾ ਕੁਰਸੀ ਲਗਾ ਜਾ, ਮੈਂ ਕੁਰਸੀ 'ਤੇ ਬੈਠਾ ਵਾ ਅਤੇ ਉਹਨੇ ਪਿਸਟਲ ਕੱਢਿਆ, ਬਾਅਦ 'ਚ ਗੋਲੀ ਮਾਰੀ ਉਹਨੇ, ਇੱਕ ਮਾਰੀ ਹੈ, ਦੂਸਰੀ ਉਹਨੇ ਮਾਰੀ ਹੈ, ਜ਼ਮੀਨ 'ਤੇ ਵੱਜ ਗਈ। ਪੂਰਾ ਅੱਧਾ ਘੰਟਾ ਮੈਂ ਉੱਥੇ ਬੈਠਾ ਰਿਹਾ। ਜੀ ਤੁਸੀਂ ਅੱਗੇ ਬਿਆਨ ਕੀਤਾ ਹੈ ਕਿ ਤੁਹਾਨੂੰ ਅੱਗੇ ਵੀ ਇਹਦਾ ਮਾਰਦਾ ਕੁੱਟਦਾ ਰਿਹਾ, ਤੇ ਕਿਹੜੀ ਐਸੀ ਗੱਲ ਸੀ ਕਿ ਤੁਸੀਂ ਆਪਣੀ ਬੇਗਮ ਨਾਲ, ਆਪਣੇ ਪਿਓ ਨਾਲ, ਫਾਦਰ ਦੇ ਨਾਲ ਗੱਲ ਜ਼ਿਕਰ ਨਹੀਂ ਕੀਤਾ? ਕਿਉਂ ਨਹੀਂ ਕਰਦਾ? ਆਉਂਦੇ ਹੀ ਮੈਨੂੰ ਤੇ ਘਰ ਜਾ ਕੇ ਨਾ ਦੱਸੀ। ਘਰ ਜਾ ਕੇ ਨਾ ਦੱਸੀ? ਤੇ ਇਸ ਤਸ਼ੱਦਦ ਤੁਸੀਂ ਬਰਦਾਸ਼ਤ ਕਰਦੇ ਰਹੇ? ਹਾਂਜੀ ਕਰਦਾ ਰਿਹਾ, ਪਰ ਹੋ ਨਹੀਂ ਹੁੰਦੀ। ਤੇ ਜਨਾਬ, ਇਸ ਚੀਜ਼ ਨੂੰ ਅਗਰ ਜੇ ਤੁਸੀਂ ਪਹਿਲੇ ਹਾਈਲਾਈਟ ਕਰ ਲੈਂਦੇ ਤੇ ਅੱਜ ਤੁਹਾਡੇ ਤੇ ਇਹ ਜ਼ੁਲਮ ਨਾ ਹੁੰਦਾ, ਤੇ ਬਤੌਰ ਮਸੀਹ ਕੌਮ ਤੁਹਾਨੂੰ ਆਪ ਜ਼ੁਲਮ ਬਰਦਾਸ਼ਤ ਨਹੀਂ ਕਰਨਾ, ਬਲਕਿ ਸਾਡੇ ਉੱਤੇ ਹੁਕਮਰਾਨ ਬੈਠੇ ਆ, ਸਾਡੇ MP MLA ਸਾਹਿਬ ਬੈਠੇ ਆ, ਮਤਲਕਾ ਥਾਣਾ ਹੈਗਾ, ਤੁਹਾਨੂੰ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ। ਡਰਨਾ ਵੀ ਮੈਂ ਸਰ ਦੱਸਿਆ। ਜੀ ਨਾਜ਼ਰੀਨ, ਵਿਕਾਸ ਕੀ ਬੇਗਮ ਕੇ ਸਾਥ ਔਰ ਉਨਕੇ ਬੱਚੋਂ ਕੇ ਸਾਥ। ਅੱਛਾ ਭੈਣ ਜੀ, ਇਹ ਦੱਸੋ ਕਿ ਇਹ ਲੜਾਈ ਦਾ ਵਜ੍ਹਾ ਕੀ ਬਣੀ ਸੀ? ਭਾਜੀ ਇਹ ਕੰਮ ਕਰਕੇ ਖੇਤਾਂ 'ਚੋਂ ਘਰ ਆਇਆ, ਉਹਨਾਂ ਕੋਈ ਹਵੇਲੀ ਦਾ ਰੋਟੀ ਮੰਗੀ, ਉਹਨੇ ਇੱਕ ਪਤਾ ਨਹੀਂ ਰੋਜ਼ਿਆਂ ਦੀ ਵਜ੍ਹਾ ਤੋਂ ਇਹਨੂੰ ਮਾਰਿਆ ਕੁੱਟਿਆ ਪਹਿਲੇ ਗੁੱਸੇ ਦੇ ਨਾਲ ਕਿ ਇਹਨੇ ਖਾਣਾ ਕਿਉਂ ਮੰਗਿਆ, ਫਿਰ ਉਹਨੇ ਪਿਸਟਲ ਕੱਢ ਕੇ ਇਹਦੀ ਲੱਤ 'ਚ ਗੋਲੀ ਮਾਰ ਦਿੱਤੀ ਹੈ, ਇੱਕ ਗੋਲੀ ਮਾਰੀ, ਦੂਸਰੀ ਮਾਰੀ, ਉਹ ਜ਼ਮੀਨ ਤੇ ਵੱਜ ਗਈ ਹੈ, ਗਿਰ ਗਏ ਨੇ, ਤੇ ਬਹੁਤ ਸਾਡੇ ਤੇ ਜ਼ੁਲਮ ਹੋਇਆ, ਸਾਨੂੰ ਇਨਸਾਫ਼ ਚਾਹੀਦਾ। ਅੱਛਾ ਤੁਸੀਂ ਇਹ ਦੱਸੋ ਕਿ ਇਸ ਟਾਈਮ ਤੇ ਇਹਨਾਂ ਨੂੰ ਹਸਪਤਾਲ 'ਚ ਹੋਣਾ ਚਾਹੀਦਾ ਸੀ, ਤੇ ਡਾਕਟਰਾਂ ਨੇ ਕਿਉਂ ਇਹਨਾਂ ਨੂੰ ਛੁੱਟੀ ਦੇ ਦਿੱਤੀ? ਪਤਾ ਨਹੀਂ ਇਸ ਗੱਲ ਦਾ ਨਹੀਂ, ਜੱਟ ਜ਼ਿਮੀਦਾਰ ਨੇ ਉਹਨਾਂ ਨੇ ਪਤਾ ਨਹੀਂ ਡਾਕਟਰਾਂ ਨੂੰ ਪੈਸੇ ਦੇ ਦਿੱਤੇ ਨੇ ਕਿ ਕੀ ਮਸਲਾ, ਉਹਨਾਂ ਨੇ ਸਾਨੂੰ ਸਵੇਰ ਦੀ ਛੁੱਟੀ ਦੇ ਦਿੱਤੀ, ਘਰ ਕੱਢ ਦਿੱਤਾ। ਅੱਛਾ, ਹੁਣ ਬੱਚਿਆਂ ਦਾ ਜਿਹੜਾ ਆ, ਜਿਹੜੇ ਤੁਹਾਡੇ ਬੱਚੇ ਆ, ਇਹ ਪੜ੍ਹਦੇ ਵੀ ਹੈ, ਤੇ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਕਿ ਇਹਨਾਂ ਦਾ ਪੱਠਾ ਖਲੋ ਗਿਆ, ਇਹ ਤੇ ਇਹਨਾਂ ਦਾ ਫਿਊਚਰ ਤਬਾਹ ਹੋ ਗਿਆ, ਹੁਣ ਤੁਸੀਂ ਗਵਰਨਮੈਂਟ ਨੂੰ, ਮੌਜੂਦਾ ਗਵਰਨਮੈਂਟ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਇਹੀ ਕਹਿੰਦੇ ਆ ਕਿ ਉਹਨਾਂ ਨੂੰ ਸਜ਼ਾ ਹੋਵੇ ਤੇ ਸਾਨੂੰ ਇਨਸਾਫ ਮਿਲੇ, ਸਾਡੇ ਛੋਟੇ ਛੋਟੇ ਬੱਚੇ ਆ, ਮੇਰਾ ਬੰਦਾ ਮੰਜੀ ਤੇ ਪੈ ਗਿਆ, ਕੌਣ ਕਮਾ ਕੇ ਦੇਗਾ, ਕੌਣ ਇਹਨਾਂ ਨੂੰ ਪਾਲੇਗਾ, ਸਕੂਲ ਦੋਨੋਂ ਬੱਚੇ ਜਾਂਦੇ ਨੇ। ਅੱਛਾ ਭੈਣ ਜੀ, ਇਹ ਦੱਸੋ ਕਿ ਇਹਦੇ ਕਿੰਨੇ ਭੈਣ ਭਰਾ ਹੋਰ? ਇਹਦੇ ਦੋ ਭਰਾ ਨੇ। ਉਹਨਾਂ ਨੂੰ ਕੋਈ ਧਮਕੀਆਂ, ਉਹਨਾਂ ਨੂੰ ਮਾਰਿਆ ਮੂਰਿਆ ਤਾਂ ਨਹੀਂ? ਨਹੀਂ, ਮਾਰਿਆ ਮੂਰਿਆ ਤਾਂ ਨਹੀਂ ਹੈਗਾ, ਤੁਹਾਨੂੰ ਧਮਕੀਆਂ ਲਾਉਂਦੇ ਆ ਕਿ ਤੁਸੀਂ ਆਪਣਾ ਕੇਸ ਕੂਸ ਨਹੀਂ ਕਰਾਉਣਾ ਹੈਗਾ ਤੇ ਤੁਸੀਂ ਯਾਨੀ ਕੋਈ ਕੁਛ ਨਹੀਂ ਕਰਾਉਣਾ ਹੈਗਾ। ਤੇ ਇਹ ਤਾਂ ਨਹੀਂ ਕਹਿੰਦੇ ਕਿ ਤੁਹਾਨੂੰ, ਤੁਹਾਡਾ ਕੋਈ ਘਰ ਵੀ ਖਾਲੀ ਕਰਾ ਲੈਣਾ? ਨਹੀਂ ਨਹੀਂ, ਘਰ ਵੀ ਅਸੀਂ ਕਿਰਾਏ ਤੇ ਰਹਿੰਦੇ ਹਾਂ। ਅੱਛਾ, ਤੁਸੀਂ ਕਿਰਾਏ ਤੇ ਰਹਿੰਦੇ ਹੋ?
ਤੇ ਇਸ ਤੋਂ ਪਹਿਲੇ ਜਿਹੜਾ ਅੱਜ ਤੁਹਾਨੂੰ ਇਹ ਦੱਸਣ ਡਿਆ ਕਿ ਮੈਨੂੰ ਪਹਿਲੇ ਵੀ ਮਾਰਦੇ ਕੁੱਟਦੇ ਸੀ, ਇਸ ਤੋਂ ਪਹਿਲੇ ਘਰ ਆ ਕੇ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਨਹੀਂ? ਉਹਨਾਂ ਨੇ ਡਰਾਵਾ ਦਿੱਤਾ ਸੀ ਕਿ ਘਰ ਜਾ ਕੇ ਨਹੀਂ ਦੱਸਣਾ ਹੈਗਾ, ਮਾਰਦੇ ਕੁੱਟਦੇ ਜ਼ਰੂਰ ਸੀ, ਕੰਮ ਤੋਂ ਵੀ ਮਾਰਦੇ ਸੀ, ਖਾਣਾ ਮੰਗਦਾ ਸੀ ਉਦੋਂ ਵੀ ਮਾਰਦੇ ਸੀ, ਲੇਕਿਨ ਉਹਨਾਂ ਨੇ ਇਹਨੂੰ ਧਮਕੀਆਂ ਲਾਉਂਦੇ ਸੀ ਕਿ ਘਰ ਜਾ ਕੇ ਨਹੀਂ ਤੂੰ ਦੱਸਣਾ ਹੈਗਾ, ਇਹ ਨਹੀਂ ਸੀ ਦੱਸਦਾ ਹੁੰਦਾ ਕਿ ਮੈਨੂੰ ਮਾਰਦੇ, ਹੁਣ ਦੱਸਦਾ ਤੇ ਹੁਣ ਦੱਸਿਆ ਵਾ ਕਿ ਮੈਨੂੰ ਇਹਨਾਂ ਉਹ ਪਹਿਲੇ 2 ਸਾਲ ਤੋਂ ਮਾਰਦੇ ਕੁੱਟਦੇ ਸੀ। 2 ਸਾਲ ਤੋਂ? ਤੇ 2 ਸਾਲ ਤੋਂ ਪਹਿਲੇ ਇਹਨੇ ਆਪਣੇ ਤੌਰ ਤੇ ਕਿਸੇ ਆਪਣਾ ਚੌਧਰੀ ਨੂੰ ਜਾਂ ਆਪਣੇ ਕਿਸੇ ਮਸੀਹ ਖਾਦਮ ਨੂੰ ਦੱਸਿਆ ਕਿ ਨਹੀਂ? ਕਿਸੇ ਨੂੰ ਨਹੀਂ ਦੱਸਦਾ ਸੀ, ਡਾਟਾ ਆਂਦਾ ਸੀ ਤੇ 7-8 ਵਜੇ ਬੱਚੇ ਵੀ ਸੁੱਤੇ ਸੀ, ਸੌ ਜਾਂਦਾ ਸੀ, 4 ਵਜੇ ਉੱਠ ਕੇ ਚਲੇ ਜਾਂਦਾ ਸੀ। ਤੇ ਆਪਣੇ ਤੌਰ ਤੇ ਇਹਨੇ ਕੋਈ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਕਰੀ ਕਿ ਨਹੀਂ? ਨਹੀਂ, ਉਹ ਨਹੀਂ ਸੀ ਕਰਵਾਉਣ ਦਿੰਦੇ, ਨਾਲੇ ਇਹ ਵੀ ਡਰਦਾ ਨਹੀਂ ਸੀ ਦੱਸਦਾ ਹੈਗਾ। ਅੱਛਾ ਜੀ, ਇਹ ਵੀ ਡਰਦਾ ਸੀ। ਅੱਛਾ, ਤਾਂ ਹੁਣ ਮੌਜੂਦਾ ਗਵਰਨਮੈਂਟ ਨੂੰ, ਮਰੀਮ ਨਵਾਜ਼ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ? ਇਹੀ ਕਿ ਸਾਨੂੰ ਇਨਸਾਫ ਮਿਲੇ, ਉਹਨਾਂ ਨੂੰ ਸਜ਼ਾ ਹੋਵੇ, ਉਹ ਹਲੇ ਤੱਕ ਫੜੇ ਨਹੀਂ ਗਏ ਹੈਗੇ, ਆਜ਼ਾਦ ਫਿਰਨ ਦੇ ਆ। ਆਜ਼ਾਦ ਫਿਰ? ਤੇ ਪੁਲਿਸ ਨੇ ਤੁਹਾਡੇ ਨਾਲ ਕੋਈ ਤਾਮਨ ਕੀਤਾ ਕਿ ਨਹੀਂ? ਬਿਲਕੁਲ ਨਹੀਂ ਕੀਤਾ, ਤੇ ਇਹ ਵਕਤ ਕਹਿੰਦੇ ਸੀ ਕਰ ਲਾਂਗੇ, ਹੋ ਜਾਏਗਾ, ਪਰਚਾ ਹੋ ਜਾਏਗਾ, ਲੇਕਿਨ ਹਲੇ ਤੱਕ ਨਹੀਂ ਹੋਇਆ। ਜੀ ਨਾਜ਼ਰੀਨ, ਆਪ ਦੇਖ ਰਹੇ ਹੈ ਔਰ ਸੁਣ ਵੀ ਰਹੇ ਹੈ ਕਿ ਹਮਾਰੇ ਪਾਕਿਸਤਾਨ ਮੇਂ ਅਕਲੀਤੋਂ ਕੇ ਸਾਥ ਬਹੁਤ ਬੇਇਨਸਾਫੀ ਹੋ ਰਹੀ ਹੈ। ਮੈਂ ਅਪੀਲ ਕਰਤਾ ਹੂੰ ਕਿ ਪਾਕਿਸਤਾਨ ਮੇਂ ਅਕਲੀਤੇ ਅਮਾਨਤ ਹੈ, ਅਮਾਨਤ ਕੋ ਬਹੁਤ ਨਾਜ਼ੁਕ ਜਾਨ ਕਰ ਜਾਣੇ, ਕਿਉਂਕਿ ਜ਼ੁਲਮ ਸਿਤਮ ਇਨਹੀ ਪਰ ਹੋ ਰਹਾ ਹੈ। ਬਰਾਏ ਮਿਹਰਬਾਨੀ ਮੈਂ ਆਪਸੇ ਇਲਤਮਾਸ ਕਰਤਾ ਹੂੰ ਕਿ ਹਮ ਪਰ ਰਹਿਮ ਕੀਆ ਜਾਏ, ਕਿਉਂਕਿ ਇਹ ਵੀ ਇਨਸਾਨ ਹੈ ਔਰ ਯਹੀ ਇਸ ਮੁਲਕ ਕੇ ਵਾਸੀ ਹੈ, ਇਨਹੋ ਨੇ ਵੋਟ ਦੇ ਕੇ ਪਾਕਿਸਤਾਨ ਬਣਾਇਆ। ਬਰਾਏ ਮਿਹਰਬਾਨੀ ਪਰ ਜੋ ਜ਼ਾਲਮ ਲੋਕ ਹੈ, ਇਨ ਪਰ ਤਵੱਜੋ ਕਰੇ ਔਰ ਮਿਲ ਜੁਲ ਕਰ ਇਨਕੋ ਸਮਝਾਏ ਔਰ ਮਸੀਹੋਂ ਪਰ ਰਹਿਮ ਕਰੇ।